ਹਾਂਜੀ ਦੋਸਤੋ, ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਵੱਡੀ ਅਪਡੇਟ ਲੈ ਕੇ ਫਿਰ ਤੋਂ ਹਾਜ਼ਰ ਹੋਏ ਆ। ਹੁਣ ਤੁਸੀਂ ਇਹਨਾਂ ਤਿੰਨ ਥਾਵਾਂ ਤੇ UPI ਰਾਹੀਂ ਕਰ ਸਕਦੇ ਹੋ 5 ਲੱਖ ਰੁਪਏ ਤੱਕ ਦਾ ਭੁਗਤਾਨ। 16 ਸਤੰਬਰ ਤੋਂ ਹੋ ਜਾਵੇਗਾ ਲਾਗੂ। ਕੀ ਹੈ ਪੂਰੀ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਏ। ਜਿਹੜੇ ਦੋਸਤ ਅੱਜ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ, ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਆਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਦੋਸਤੋ, ਗੱਲ ਕਰ ਰਹੇ ਹਾਂ, ਜੇਕਰ ਤੁਸੀਂ ਵੀ UPI ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ NPCI ਨੇ ਆਨਲਾਈਨ ਭੁਗਤਾਨ ਦੀ ਸੀਮਾ ਵਧਾ ਕੇ 5 ਲੱਖ ਰੁਪਏ ਤੱਕ ਕਰ ਦਿੱਤੀ ਹੈ। ਹਾਲਾਂਕਿ ਇਹ ਸਹੂਲਤ ਕੁਝ ਖਾਸ ਸ਼੍ਰੇਣੀਆਂ ਲਈ ਉਪਲਬਧ ਹੈ। ਦੇਸ਼ ਦੇ ਵਿੱਚ UPI ਪੇਮੈਂਟ ਦੀ ਲੋਕਪ੍ਰਿਯਤਾ ਵੱਧਦੀ ਜਾ ਰਹੀ ਹੈ। ਭਾਵੇਂ ਇਹ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਖਰੀਦਣਾ ਹੋਵੇ ਜਾਂ ਕਿਸੇ ਨੂੰ ਪੈਸੇ ਭੇਜਣਾ ਹੋਵੇ, UPI ਹਰ ਜਗ੍ਹਾ ਸਾਡੀ ਮਦਦ ਕਰਦਾ ਹੈ। UPI ਤੁਹਾਨੂੰ ਆਸਾਨੀ ਨਾਲ ਪੈਸੇ ਟ੍ਰਾਂਸਫਰ ਕਰਨ ਦੀ ਇਜਾਜ਼ਤ ਵੀ ਦਿੰਦਾ ਹੈ। ਜੇਕਰ ਤੁਸੀਂ ਵੀ UPI ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ NPCI ਨੇ ਆਨਲਾਈਨ ਭੁਗਤਾਨ ਦੀ ਸੀਮਾ ਵਧਾ ਕੇ 5 ਲੱਖ ਰੁਪਏ ਤੱਕ ਕਰ ਦਿੱਤੀ ਹੈ। ਹਾਲਾਂਕਿ ਇਹ ਸਹੂਲਤ ਕੁਝ ਖਾਸ ਸ਼੍ਰੇਣੀਆਂ ਲਈ ਉਪਲਬਧ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਆਮ ਤੌਰ 'ਤੇ ਇੱਕ ਲੈਣ ਦੇਣ ਦੀ ਸੀਮਾ 1 ਲੱਖ ਰੁਪਏ ਹੁੰਦੀ ਹੈ, ਜਦੋਂ ਕਿ ਪੂੰਜੀ ਬਾਜ਼ਾਰ ਸੰਗ੍ਰਹਿ ਬੀਮਾ ਅਤੇ ਵਿਦੇਸ਼ੀ ਇਨਵਰਡ ਰੈਮੀਟੈਸ ਨਾਲ ਸੰਬੰਧਿਤ ਲੈਣ ਦੇਣ ਲਈ ਇਹ ਸੀਮਾ 2 ਲੱਖ ਰੁਪਏ ਪ੍ਰਤੀ ਦਿਨ ਹੈ। ਇਹਨਾਂ ਤਿੰਨ ਕਿਸਮਾਂ 'ਤੇ UPI ਲੈਣ ਦੇਣ ਦੇ ਹੁਣ 5 ਲੱਖ ਰੁਪਏ ਤੱਕ ਦੀ ਸੀਮਾ ਕਰ ਦਿੱਤੀ ਗਈ ਹੈ। ਨੰਬਰ 1 'ਤੇ ਕਿਹੜੀ ਕਿਹੜੀ ਸ਼੍ਰੇਣੀ ਇਹਦੇ ਵਿੱਚ ਸ਼ਾਮਲ ਹੈ? ਟੈਕਸ ਭੁਗਤਾਨ ਨੰਬਰ 1 ਅਤੇ ਨੰਬਰ 2 ਅਤੇ ਹਸਪਤਾਲ ਅਤੇ ਵਿਦਿਅਕ ਅਦਾਰੇ। ਜੇਕਰ ਤੁਸੀਂ ਟੈਕਸ ਦਾ ਭੁਗਤਾਨ ਕਰਦੇ ਹੋ ਤਾਂ ਵੀ ਤੁਸੀਂ 5 ਲੱਖ ਰੁਪਏ ਤੱਕ ਜਿਹੜਾ UPI ਕਰ ਸਕਦੇ ਹੋ। ਜੇਕਰ ਤੁਸੀਂ ਹਸਪਤਾਲ ਦੇ ਵਿੱਚ ਇਲਾਜ ਕਰਾ ਰਹੇ ਹੋ ਜਾਂ ਕਿਸੇ ਪੜ੍ਹਾਈ ਲਈ ਵਿਦਿਅਕ ਅਦਾਰੇ ਨੂੰ ਕੋਈ ਫੀਸ ਜਮ੍ਹਾਂ ਕਰ ਰਹੇ ਹੋ ਤਾਂ ਵੀ ਤੁਸੀਂ 5 ਲੱਖ ਰੁਪਏ ਤੱਕ ਭੇਜ ਸਕਦੇ ਹੋ UPI ਰਾਹੀਂ। IPO ਅਤੇ RBI ਰਿਟੇਲ ਡਾਇਰੈਕਟ ਸਕੀਮ ਲਈ ਅਤੇ NPCI ਵੱਲੋਂ 24 ਅਗਸਤ 2024 ਨੂੰ ਜਾਰੀ ਕੀਤੇ ਗਏ ਸਰਕੂਲਰ ਦੇ ਵਿੱਚ ਕਿਹਾ ਗਿਆ ਸੀ ਕਿ ਖਾਸ ਸ਼੍ਰੇਣੀਆਂ ਲਈ UPI ਦੇ ਵਿੱਚ ਪ੍ਰਤੀ ਲੈਣ ਦੇਣ ਦੀ ਸੀਮਾ ਸੋਮਵਾਰ 16 ਸਤੰਬਰ 2024 ਤੋਂ 5 ਲੱਖ ਰੁਪਏ ਤੱਕ ਦੇ ਭੁਗਤਾਨ ਲਈ ਵਧਾਉਣ ਦੀ ਜ਼ਰੂਰਤ ਹੈ। ਇੱਕ ਸਿੰਗਲ ਲੈਣ ਦੇਣ ਦੇ ਵਿੱਚ ਇਸ ਦੀ ਵਰਤੋਂ ਕਰਨਾ ਸੰਭਵ ਹੋ ਸਕਦਾ ਹੈ। ਸਾਲ 2016 ਦੇ ਵਿੱਚ ਸ਼ੁਰੂ ਕੀਤੀ ਗਈ ਸੀ UPI ਸੁਵਿਧਾ। UPI ਭੁਗਤਾਨ ਪ੍ਰਣਾਲੀ ਸਾਲ 2016 ਦੇ ਵਿੱਚ ਸ਼ੁਰੂ ਕੀਤੀ ਗਈ ਸੀ। UPI ਸਿਸਟਮ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ NPCI ਦੁਆਰਾ ਚਲਾਇਆ ਜਾਂਦਾ ਹੈ। UPI ਇੱਕ ਰੀਅਲ ਟਾਈਮ ਪੇਮੈਂਟ ਸਿਸਟਮ ਹੈ। ਸੋ ਇਸ ਤਰ੍ਹਾਂ ਦੀਆਂ ਹੋਰ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਹੁਣੇ ਕਰ ਲਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਉਂਕਿ ਹੁਣ ਜਿਹੜੀ ਤੁਹਾਨੂੰ ਇਸ ਆਸਾਨੀ ਹੋ ਜਾਵੇਗੀ। ਜੇਕਰ ਵਿਦਿਅਕ ਅਦਾਰਿਆਂ ਦੀ ਤੁਸੀਂ ਫੀਸ ਜਮ੍ਹਾਂ ਕਰਨੀ ਹੈ ਜਾਂ ਹਸਪਤਾਲ ਦੇ ਵਿੱਚ ਤੁਸੀਂ ਇਲਾਜ ਕਰਾ ਰਹੇ ਹੋ। ਸੋ ਮਿਲਦੇ ਹਾਂ ਇੱਕ ਹੋਰ ਨਵੀਂ ਅਪਡੇਟ ਦੇ ਨਾਲ। ਦਿਓ ਇਜਾਜ਼ਤ, ਧੰਨਵਾਦ।